ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਇਟਲੀ ਦੇ ਨਵੇਂ ਕਾਨੂੰਨਾਂ ਦੇ ਹਿਸਾਬ ਦੇ ਨਾਲ ਇਟਲੀ ਦੇ ਜਿਹੜੇ ਪੇਪਰ ਨਿਕਲਦੇ ਆਂ ਇੰਡੀਆ ਦੇ ਵਿੱਚ ਭਰਾਨ ਦੇ ਲਈ ਜਿਹੜੇ ਜ਼ਿਆਦਾਤਰ 9 ਮਹੀਨੇ ਵਾਲੇ ਪੇਪਰ ਸਾਲ ਵਾਲੇ ਪੇਪਰ ਡੋਮੈਸਟਿਕ ਵਾਲੇ ਪੇਪਰ ਹੁਣ ਅਪ੍ਰੈਲ ਦੇ ਮਹੀਨੇ ਤੋਂ ਇਹਨਾਂ ਦੇ ਵਿੱਚ ਨਿਊ ਰਿਕੁਆਇਰਮੈਂਟ ਆਉਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇੱਕ ਤਾਂ ਡਿਕਿਆਰਤ ਸੀ ਉਹਨੇ ਸੀ ਦੂਸਰੇ ਨੰਬਰ ਤੇ ਸੀਗਾ ਇੰਸ਼ੋਰੈਂਸ ਆਖਰ ਇਹ ਇੰਸ਼ੋਰੈਂਸ ਕਿਉਂ ਕੀਤੀ ਗਈ ਦੇਖੋ ਇੰਸ਼ੋਰੈਂਸ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਇਟਲੀ ਦੇ ਵਿੱਚ ਜਦੋਂ ਅਸੀਂ ਬਾਹਰੋਂ ਆਉਂਦੇ ਹਾਂ ਸਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ ਜੇਕਰ ਕਿਸੇ ਦੇ 60 ਜੋੜ ਲੱਗ ਜਾਂਦੀ ਆ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਜਾਂਦੀ ਆ ਤਾਂ ਉਹਨੂੰ ਪੈਸਾ ਦੇਣਾ ਪੈਣਾ ਜਿਨ੍ਹਾਂ ਬੰਦਿਆਂ ਦੇ ਤੈਸਰੇ ਸਨੀਟਾਰੀਓ ਬਣੇ ਹੋਆ ਤੈਸਰਾ ਸਨੀਟਾਰੀਆ ਬਣਿਆ ਹੋਇਆ ਉਹਨਾਂ ਨੂੰ ਖਰਚਾ ਨਹੀਂ ਹੁੰਦਾ ਸਰਕਾਰ ਵੱਲੋਂ ਸਾਰੀ ਜਿਹੜੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਆ ਜੇਕਰ ਕੋਈ ਟੂਰਿਸਟ ਇਟਲੀ ਦੇ ਵਿੱਚ ਆਵੇ ਤਾਂ ਉਹਦੇ ਸਿਰ ਸਾਰਾ ਇਹ ਚਾਰਜ ਭਰ ਸਕਦਾ ਇਸ ਕਰਕੇ ਤੁਹਾਨੂੰ ਕਿਹਾ ਗਿਆ ਹੈ ਕਿ ਤੁਹਾਡੀ 30000 ਰੁਪਏ ਦੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤੇ ਤਾਂ ਜੋ ਤੁਹਾਡੇ ਕੋਲੋਂ ਪੈਸੇ ਤੁਹਾਡੇ ਪੈਸੇ ਬਚਾਏ ਜਾਣ ਤੁਹਾਡੇ ਪੈਸੇ ਨਾ ਲੱਗਣ ਦੂਸਰੇ ਨੰਬਰ ਤੇ ਜਿਹੜਾ ਡੀ ਕੇ ਰੱਤਸੂ ਨੇ ਕਰਕੇ ਦੇਣਾ ਇਹ ਵੀ ਇੱਕ ਨਾਰਮਲ ਗੱਲ ਹੈ ਕਿਉਂਕਿ ਜੇਕਰ ਕੋਈ ਮਾਲਕ ਬੰਦੇ ਦੇ ਪੇਪਰ ਭਰ ਰਿਹਾ ਤਾਂ ਡੀ ਕੇ ਰੱਤਸੂ ਨੇ ਦੇਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹਾਂਜੀ ਇੱਕ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਜਿਹੜੇ ਬੰਦੇ ਐਂਟਰੀ ਕਰਾਉਂਦੇ ਨੇ ਜਾਂ ਫਿਰ ਜਿਹੜੇ ਬੰਦੇ ਬਾਦ ਵਿੱਚ ਮੁਕਰ ਜਾਂਦੇ ਆ ਉਹਨਾਂ ਦੇ ਉੱਤੇ ਸ਼ੱਕੰਜਾ ਜ਼ਰੂਰ ਕੱਸਿਆ ਜਾ ਸਕਦਾ ਹੈ ਕਿ ਹਾਂਜੀ ਪਰ ਤੁਸੀਂ ਪਿਛਲੇ ਹਫ਼ਤੇ ਤੱਕ ਇਹ ਕਿਹਾ ਕਿ ਤੁਹਾਨੂੰ ਬੰਦੇ ਦੀ ਲੋੜ ਆ ਤੇ ਹੁਣ ਬੰਦਾ ਪਹੁੰਚ ਗਿਆ ਤੁਸੀਂ ਕਹਿੰਦੇ ਤੁਹਾਨੂੰ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਗੱਲ ਕਰਦੇ ਇਟਲੀ ਦੇ ਵਿੱਚ ਲਗਾਤਾਰ ਕਿਸ਼ਤੀਆਂ ਆ ਰਹੀਆਂ ਜਿਹੜੇ ਲੋਕ ਐਂਟਰ ਹੋਏ ਜਾ ਰਹੇ ਲੰਪੇ ਦੂਜਾ ਦੇ ਵਿੱਚ ਇੱਕ ਵਾਰ ਫਿਰ 24 ਘੰਟਿਆਂ ਦੇ ਵਿੱਚ ਤਕਰੀਬਨ 700 ਤੋਂ ਜਿਹੜੇ ਵੱਧ ਬੰਦੇ ਆਏ 20 ਕਿਸ਼ਤੀਆਂ ਦੇ ਵਿੱਚ ਜਿਹੜੇ ਬੰਦੇ ਆਏ ਆ ਤੇ ਉਹ ਜਿਹੜੇ ਲਾਸਟ ਜਿਹੜੀ ਕੇਸਤੀ ਆਈ ਸੀ ਉਹਦੇ ਵਿੱਚ 394 ਬੰਦੇ ਸਨ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਗਲਾਦੇਸ਼ ਤੋਂ ਬੰਦੇ ਆ ਤੇ ਉਹ ਕਹਿ ਰਹੇ ਨੇ ਕਿ ਅਸੀਂ ਇਟਲੀ ਦੇ ਵਿੱਚ ਸਿਰਫ ਐਂਟਰੀ ਕਰਨ ਦੇ ਲਈ ਸਮੁੰਦਰ ਰਸਤੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਣ ਦੇ ਲਈ 12-12000 ਯੂਰੋਸੀ ਖਰਚ ਕੇ ਆਏ ਆ ਟੋਟਲ ਖਰਚਾ ਜਿਹੜਾ 12000 ਯੂਰੋ ਦੱਸਿਆ ਜਾ ਰਿਹਾ ਏਜੰਟਾਂ ਦੀ ਇਸ ਟਾਈਮ ਜੜੀ ਆ ਚਾਂਦੀ ਚਾਂਦੀ ਹੋਈ ਪਈ ਆ ਜੀ ਬਹੁਤ ਜਿਹੜਾ ਪੈਸਾ ਕਮਾਈ ਕਰ ਰਹੇ ਨੇ ਬਾਕੀ ਇਟਲੀ ਦੇ ਵਿੱਚ ਆਣ ਦੇ ਲਈ ਬਹੁਤ ਪੁੱਛਿਆ ਜਾਂਦਾ ਕਿ ਆਪਾਂ ਆਪਣੇ ਏਜੰਟ ਨੂੰ ਕਿੰਨਾ ਪੈਸਾ ਦੇ ਸਕਦੇ ਕਿੰਨਾ ਕੁ ਜਾਇਜ ਆ ਕਿੰਨਾ ਕੁ ਖਰਚ ਆਉਂਦਾ ਦੇਖੋ ਖਰਚੇ ਬਾਰੇ ਤਾਂ ਅਸੀਂ ਸਾਡੀਆਂ ਬਹੁਤ ਵੀਡੀਓ ਦੇ ਵਿੱਚ ਦੱਸਿਆ ਹੋਇਆ ਕਿ ਕੀ ਖਰਚ ਆਉਂਦਾ ਬਾਕੀ ਜੋ ਤੁਸੀਂ ਦੇ ਰਹੇ ਆ ਜਾਂ ਜੋ ਜੋ ਤੁਹਾਡੇ ਕੋਲ ਏਜੰਟ ਮੰਗ ਰਿਹਾ ਜੇਕਰ ਤੁਸੀਂ ਉਹ ਉਹਨਾਂ ਦੇ ਰਹੇ ਹੋ ਇਹਦਾ ਮਤਲਬ ਹੈ ਕਿ ਤੁਹਾਨੂੰ ਉਹ ਚੀਜ਼ ਪਸੰਦ ਹੈ ਤੁਸੀਂ ਉਸ ਦੇ ਨਾਲ ਇਕਰਾਰ ਕੀਤਾ। ਬਾਕੀ ਖਰਚਾ ਤਾਂ ਜਿਵੇਂ origignal ਗੱਲ ਕਰੀ ਤਾਂ ਕੋਈ ਖਾਸ ਨਹੀਂ ਹੁੰਦਾ। ਜੇਕਰ ਕਾਨੂੰਨ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਿਹੜੀ ਟਿਕਟ ਵੀ ਜਿਸ ਬੰਦੇ ਨੂੰ ਤੁਸੀਂ ਬੁਲਾ ਰਹੇ ਆ ਉਹ ਵੀ ਟਿਕਟ ਮਾਲਕ ਵੱਲੋਂ ਹੁੰਦੀ ਆ ਰਹਿਣ ਦਾ ਜਿੱਥੇ ਰਹਿਣਾ ਆ ਉਹ ਵੀ ਤਕਰੀਬਨ ਮਾਲਕ ਵੱਲੋਂ ਹੀ ਹੁੰਦਾ। ਪਰ ਇੱਥੇ ਮਾਲਕ ਜਿਹਨੂੰ ਨਹੀਂ ਹੈਗੇ ਇੱਕ ਏਜੰਟ ਦੇ ਤੁਹਾਨੂੰ ਤੁਸੀਂ ਕੰਮ ਕਰਵਾ ਰਹੇ ਤਾਂ ਉੱਥੇ ਹਰ ਇੱਕ ਕੱਲੀ ਕੱਲੀ ਚੀਜ਼ ਦੇ ਜਿਹੜੇ ਪੈਸੇ ਦੇਣੇ ਪੈਸਾ ਤੇ ਗੱਲ ਕਰਦੇ ਆ ਜੀ। ਨਵੇਂ ਅਪਡੇਟ ਦੇ ਇਮੀਗ੍ਰੇਸ਼ਨ ਨੂੰ ਥੋੜਾ ਜਿਹਾ ਸਾਈਡ ਤੇ ਰੱਖਦੇ ਆ ਕੀ ਤੁਸੀਂ ਸੋਚਿਆ ਕਿ ਨਸ਼ੇ ਦੇ ਨਾਲ ਇੱਕ ਦੇਸ਼ ਐਮਰਜੈਂਸੀ ਡਿਕਲੇਅਰ ਕਰ ਸਕਦਾ ਜਿਹਨੇ ਸੋਚਿਆ ਤਾਂ ਹੁਣ ਸੋਚ ਲਓ ਕਿਉਂਕਿ ਇੱਕ ਦੇਸ਼ ਆ ਸੇਰ ਵਾਲੀ ਉਹਨੇ ਜਿਸ ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਗਈ ਕਿਉਂਕਿ ਉਸ ਦੇਸ਼ ਦੇ ਵਿੱਚ ਕੁਛ ਨਾ ਦਾ ਜਿਹੜਾ ਨਸ਼ਾ ਬਹੁਤ ਹੀ ਵਰਤੋਂ ਕੀਤਾ ਜਾ ਰਿਹਾ 4000 ਪਰਸੈਂਟ ਜਿਹੜੇ ਬੰਦਿਆਂ ਦੇ ਕੇਸ ਵੱਧ ਰਹੇ ਨੇ ਜਿਹੜਾ ਖਾਰੇ ਨੇ ਸਭ ਤੋਂ ਵੱਡੀ ਪ੍ਰੋਬਲਮ ਦੀ ਗੱਲ ਇਹ ਹੈ ਕਿ ਬੰਦੇ ਜ਼ੌਂਬੀਆਂ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਜਾਂਦੇ ਚੱਲਦੀਆਂ ਫਿਰਦੀਆਂ ਲਾਸ਼ਾਂ ਬਣ ਜਾਂਦੇ ਆ ਉਹਨਾਂ ਦਾ ਦਿਮਾਗ ਬਿਲਕੁਲ ਸੁੰਨ ਹੋ ਜਾਂਦਾ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿੱਥੇ ਜਾ ਰਿਹਾ ਕਿ ਕੀ ਕਰ ਰਿਹਾ ਤੇ ਇਹ ਬਹੁਤ ਹੀ ਇੱਕ ਖਤਰਨਾਕ ਸਿਚੁਏਸ਼ਨ ਬਣ ਜਾਂਦੀ ਹੈ ਇਟਲੀ ਦੇ ਵਿੱਚ ਵੀ ਇਹ ਵਾਇਰਸ ਆਇਆ ਹੋਇਆ ਵਾਇਰਸ ਕਹਾਂਗੇ ਜਾਂ ਨਸ਼ਾ ਇਟਲੀ ਦੇ ਵਿੱਚ ਵੀ ਇਹ ਜਿਹੜਾ ਨਸ਼ਾ ਆਣਾ ਸ਼ੁਰੂ ਹੋ ਗਿਆ ਜੀ ਤੇ ਬਹੁਤ ਹੀ ਡਰ ਦਾ ਮਾਹੌਲ ਤੇ ਸਭ ਤੋਂ ਵੱਡੀ ਗੱਲ ਇਸ ਨਸ਼ੇ ਦੇ ਵਿੱਚ ਇਨਸਾਨੀ ਹੱਡੀਆਂ ਦਾ ਚੂਰਾ ਵੀ ਪਾਇਆ ਗਿਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ دہشت ਤੋਂ ਤੇ ਅਮਰੀਕਾ ਦੇ ਵਿੱਚ ਡਾਇਰੀ ਫਾਰਮਾਂ ਦੇ ਵਿੱਚ ਕੰਮ ਕਰ ਰਹੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਕਾਰਨ ਇਹ ਕਿ ਅਵਿਯਾਰੀਆ ਵਾਰਡ ਫਲੂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਵਾਰਡ ਫਲੂ ਜੋ ਕਿ ਹੁਣ ਤੱਕ ਬੰਦਿਆਂ ਦੇ ਵਿੱਚ ਸਿਰਫ ਕਿਤਾਬਾਂ 'ਚ ਹੀ ਦੇਖਣ ਨੂੰ ਮਿਲਦਾ ਸੀ ਕਿ ਇਹ ਵਾਇਰਸ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ ਸਗਾ ਕਿ ਪੰਛੀਆਂ ਤੋਂ ਬੰਦਿਆਂ ਤੱਕ ਪਹੁੰਚ ਸਕਦਾ ਪਰ ਜਾਨਵਰਾਂ ਤੋਂ ਪਹੁੰਚ ਸਕਦਾ ਇਹ ਇੱਕ ਨਾ ਸੋਚਣ ਦੇ ਬਰਾਬਰ ਹੀ ਗੱਲ ਸੀ ਪਰ ਅਮਰੀਕਾ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਇੱਕ گاਵਾਂ ਦੇ ਸਤਾਲੇ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀਆ ਬੰਦਾ ਈਸੋਲੇਟ ਕੀਤਾ ਗਿਆ ਬੰਦੇ ਨੂੰ ਕੁਆਰੰਟਾਈਨ ਕੀਤਾ ਗਿਆ ਪਰ ਦੱਸਿਆ ਵੀ ਜਾ ਰਿਹਾ ਕਿ ਇਹ ਕੇਸ ਹੁਣ ਵਧਦੇ ਜਾ ਰਹੇ ਨੇ ਕੇਸ ਵਧਣ ਦਾ ਕਾਰਨ ਇਹ ਵੀ ਹੈ ਜੀ ਬਹੁਤ ਸਾਰੇ ਸਤਾਲੇ گاਵਾਂ ਦੇ ਅਮਰੀਕਾ ਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ گاਵਾਂ ਨੂੰ ਬર્ડ ਫਲੂ ਹੋ ਰਿਹਾ ਜ਼ਿਆਦਾਤਰ ਇਹ ਜੀ ਮੁਰਗੇ ਤਕੀਨੋ ਜਾਂ ਜਿਹੜੀਆਂ ਮੁਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਹੁੰਦਾ ਹੁੰਦਾ ਤੇ ਇਟਲੀ ਦੇ ਵਿੱਚ H5N1 ਦਾ ਜਦੋਂ ਆਂਦਾ ਤਾਂ ਨੇੜੇ ਤੇੜੇ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਵੀ ਮੁਰਗੇ ਤਕੀਨੋ ਜਾ ਜਿਹੜੀਆਂ মুরਗੀਆਂ ਹੁੰਦੀਆਂ ਨੇ ਇਹਨਾਂ ਦੇ ਅੱਲੇਵਾ ਮਹਿੰਤੀ ਹੁੰਦੇ ਆ ਜਾਂ ਹਸਤਾਲੇ ਹੁੰਦੇ ਆ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਕਿ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੇਸ ਨਾ ਹੋਵੇ ਹੁਣ گاਵਾں ਦੇ ਵਿੱਚ ਵੀ ਆ ਗਿਆ ਡੈਰੀ ਪ੍ਰੋਡਕਟ ਪ੍ਰੋਡਕਟ ਜੇਕਰ ਤੁਸੀਂ ਖਾਂਦੇ ਹੋ ਤਾਂ ਅਮਰੀਕਾ ਦੇ ਵਿੱਚ ਤਾਂ ਬਹੁਤ ਹੀ ਡਰ ਦਾ ਮਾਹੌਲ ਹੋ ਗਿਆ ਕਿ ਜੇਕਰ ਕੰਮ ਕਰ ਰਹੇ ਬੰਦੇ ਨੂੰ ਇਹ ਹੋ ਸਕਦਾ ਜਿਹੜਾ ਉਹ ਇੱਕ ਬਿਮਾਰ ਗਾਂ ਦਾ ਦੁੱਧ ਤੋਂ ਬਣਿਆ ਹੋਇਆ ਪ੍ਰੋਡਕਟ ਖਾਵੇਗਾ ਜਾਂ ਪੀਵੇਗਾ ਤਾਂ ਉਸ ਦੇ ਨਾਲ ਕੀ ਹੋ ਸਕਦਾ ਗੱਲ ਕਰਦੇ ਜੀ ਅਗਲੇ ਅਪਡੇਟ ਦੀ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਸਾਨੂੰ ਪਤਾ ਕਿ ਲੱਗੀ ਹੋਈ ਨੂੰ ਹੁਣ ਕਾਫੀ ਟਾਈਮ ਹੋ ਚੁੱਕਾ ਹੈ ਜੀ ਯੂਕਰੇਨ ਦੇ ਪ੍ਰਧਾਨ ਜ਼ੇਲੈਂਸਕੀ ਦਾ ਇੱਕ ਟੀਵੀ ਤੇ ਬਿਆਨ ਆਇਆ ਹੈ ਕਿ ਸਾਨੂੰ ਬੰਦਿਆਂ ਦੀ ਲੋੜ ਆ ਸਾਡੇ ਕੋਲ ਹਥਿਆਰ ਮੁੱਕ ਰਹੇ ਨੇ ਜੇਕਰ ਰਸ਼ੀਆ ਨੇ ਜਿਸ ਤਰ੍ਹਾਂ ਲਾਸਟਲੇ ਮਹੀਨੇ ਦੇ ਵਿੱਚ ਲਗਾਤਾਰ ਹਮਲਾਵਾਰੀ ਕੀਤੀ ਹੈ ਗੋਲੀਆਂ ਮਿਸਾਲਾਂ ਛੱਡੀਆਂ ਇਸ ਤਰ੍ਹਾਂ ਹੀ ਉਹ ਹਮਲਾ ਕਰਨਗੇ ਤਾਂ ਸਾਡੇ ਕੋਲ ਜਿੰਨੇ ਵੀ ਹਥਿਆਰ ਆ ਸਾਰੇ ਮੁੱਕ ਜਾਣੇ ਆ ਜੇਕਰ ਅਮਰੀਕਾ ਨੇ ਜਾਂ ਸਾਡੇ ਜਿਹੜੇ ਸਹਿਯੋਗੀ ਸਾਥੀ ਨੇ ਇਹਨਾਂ ਨੇ ਸਾਡੀ ਮਦਦ ਨਾ ਕੀਤੀ ਤਾਂ ਯੂਕਰੇਨ ਹਾਰ ਜਾਣਾ ਯੂਕਰੇਨ ਹਾਰ ਜਾਣਾ ਕਹਿਣ ਦਾ ਮਤਲਬ ਜਿੰਨੇ ਵੀ ਬੰਦਿਆਂ ਨੇ ਉਸ ਦੀ ਹੈਲਪ ਕੀਤੀ ਆ ਉਹ ਸਾਰੇ ਦੇਸ਼ਾਂ ਦੀ ਹਾਰ ਆ ਟੀਵੀ ਦੇ ਵਿੱਚ ਉਹਨੇ ਇਹ ਵੀ ਕਿਹਾ ਕਿ ਸਾਨੂੰ ਨਵੇਂ ਫੌਜੀਆ ਦੀ ਲੋੜ ਆ ਘੱਟ ਤੋਂ ਘੱਟ 3 ਲੱਖ ਸਾਨੂੰ ਨਵੇਂ ਫੌਜੀ ਚਾਹੀਦੇ ਜੋ ਕਿ ਲੜਾਈ ਦੇ ਲਈ ਸਾਨੂੰ ਤਿਆਰ ਰੱਖਣਾ ਪੈਣਾ ਤੇ ਇਸ ਤੋਂ ਬਾਅਦ ਦੇਖਦੇ ਆ ਇਹਨਾਂ ਦਿਨਾਂ ਦੇ ਵਿੱਚ ਕਿਹੜੀ ਕਿਹੜਾ ਦੇਸ਼ ਹੁਣ ਦੁਬਾਰਾ ਫਿਰ ਸਪਲਾਈ ਕਰਦਾ ਜੀ ਸ਼ਸਤਰਾਂ ਦੀ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਇਟਲੀ ਦੇ ਵਿੱਚ ਪ੍ਰੋਂਤੋ ਸਕੋਰਸ ਉਹ ਜਿਹੜੀ ਇਹਦੇ ਵਿੱਚ ਬਹੁਤ ਕੇਸ ਹੋ ਰਹੇ ਨੇ ਕਿ ਬੰਦੇ ਜਾਂਦੇ ਆ ਤੇ ਉੱਥੇ ਕਿਹ ਵੱਲੇ ਪ੍ਰੋਂਤੋ ਸਕੋਰਸ ਹੋਈ ਬੰਦ ਹੋਂਦੀ ਹੈ ਜਿਸ ਤਰ੍ਹਾਂ ਕਿ ਇੱਕ ਆਪਣੀ ਇੰਡੀਅਨ ਭਾਰਤੀ ਔਰਤ ਦੀ ਮੌਤ ਹੋ ਗਈ ਕਿਉਂਕਿ ਐਂਬੂਲੈਂਸ ਲੇਟ ਆਣੀ ਸੀਗੀ ਜਿਸ ਪ੍ਰੋਂਤੋ ਸਕੋਰਸ ਹੋ ਗਿਆ ਪ੍ਰੋਂਤੋ ਸਕੋਰਸ ਬੰਦ ਸੀ ਇਟਲੀ ਦੇ ਵਿੱਚ ਪ੍ਰਾਈਵੇਟ ਪ੍ਰੋਂਤੋ ਸਕੋਰਸ ਖੁੱਲ ਗਈ ਹੈ ਜੀ ਇਹ ਪ੍ਰਾਈਵੇਟ ਪ੍ਰੋਂਤੋ ਸਕੋਰਸ ਵੈਨੇਟੋ ਇਲਾਕੇ ਦੇ ਵਿੱਚ ਖੁੱਲੀ ਹੈ ਜੋ ਸਿਆ ਜਾ ਰਿਹਾ ਹੈ ਕਿ ਲਿਨਿਆ ਕੋ ਦੇ ਵਿੱਚ ਇੱਕ ਪ੍ਰਾਈਵੇਟ ਪ੍ਰੰਤੋ ਸਕੋਰਸੋ ਜਿਸ ਤਰ੍ਹਾਂ ਕਿ ਅਸੀਂ ਇੰਡੀਆ ਦੇ ਵਿੱਚ ਦੇਖਿਆ ਐਮਰਜੈਂਸੀ ਹਸਪੀਟਲ ਹੁੰਦੇ ਨੇ ਇੱਕ ਪ੍ਰਾਈਵੇਟ ਖੁੱਲ ਚੁੱਕਾ ਹੈ ਜੀ ਕਿਸੇ ਨੂੰ ਵੀ ਕਦੇ ਵੀ ਲੋਡ ਹੋਵੇ ਤਾਂ ਉੱਥੇ ਜਾ ਕੇ ਆਪਣਾ ਟੈਸਟ ਕਰਵਾ ਸਕਦਾ ਆਪਣਾ ਜੋ ਵੀ ਉਸ ਦਾ ਇਲਾਜ ਉਹ ਕਰਵਾ ਸਕਦਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਹਰ ਇੱਕ ਚੀਜ਼ ਉਹ ਪੇਮੈਂਟ ਵਾਲੀ ਹੋਵੇਗੀ ਪੈਸਿਆਂ ਦੀ ਹੋਵੇਗੀ ਸ਼ਾਇਦ ਉੱਥੇ ਇਟਲੀ ਦੀ ਸਰਕਾਰ ਵੱਲੋਂ ਦਿੱਤੇ ਗਏ ਤੈਸਰਸਾ ਨਿਤਾਰੀਆ ਦੇ ਨਾਲ ਜਿਹੜਾ ਇਲਾਜ ਹੁੰਦਾ ਉਹ ਵੀ ਹੋ ਸਕੇ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਬਹੁਤ ਪਸੰਦ ਆਈ ਕਿਉਂਕਿ ਲੋਕਾਂ ਦਾ ਇਹੀ ਕਹਿਣਾ ਸੀ ਜੇਕਰ ਇਲਾਜ ਦੇ ਦੁੱਖੋਂ ਮਰਨ ਦੇ ਨਾਲੋਂ ਨਾ ਇਲਾਜ ਹੋਣ ਦੇ ਦੁੱਖੋਂ ਮਰਨ ਨਾਲੋਂ ਤਾਂ ਚੰਗਾ ਕਿ ਪੈਸੇ ਦੇ ਕੇ ਆਪਣਾ ਇਲਾਜ ਕਰਵਾ ਲਵਾਂ ਅ ਸੀਨੀਅਰ ਦੀ ਇਨਕਲੂਜ਼ਨ ਹੁਣ ਜਿਹੜੀ ਹੈ ਇੰਪਸ ਵਾਲੇ ਪੈਸੇ ਵਾਪਸ ਲੈ ਰਹੇ ਆ ਪੈਸੇ ਵਾਪਸ ਹੁਣਾਂ ਤੋਂ ਲੈ ਰਹੇ ਆ ਜੀ ਜਿਨ੍ਹਾਂ ਬੰਦਿਆਂ ਨੇ ਜਿਨ੍ਹਾਂ ਬੰਦਿਆਂ ਨੂੰ ਪੈਸੇ ਮਿਲ ਗਏ ਤੇ ਉਹ ਹੱਕਦਾਰ ਨਹੀਂ ਸੀ ਟੋਟਲ ਦੱਸਿਆ ਜਾ ਰਿਹਾ 590000 ਬੰਦਿਆਂ ਨੂੰ 607 ਕਰੋੜ ਤਕਰੀਬਨ ਇਹ ਪੈਸੇ ਮਿਲ ਰਹੇ ਆ ਤੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੇ ਸਰਕਾਰ ਨੂੰ ਗਲਤ ਡਾਕੂਮੈਂਟ ਦੇ ਕੇ ਸਰਕਾਰ ਦੇ ਕੋਲੋਂ ਪੈਸੇ ਲਏ ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਵੀ ਬੰਦੇ ਸਗੇ ਉਹ ਸਭ ਫੜੇ ਜਾਣਗੇ ਫੜਤਾ ਜੀ ਪਤਾਤੀ ਨੇ ਵੀ ਹੋ ਗਿਆ ਜੇਕਰ ਤੁਸੀਂ ਚਿਪਸ ਖਾਣ ਦੇ ਸ਼ਕੀਨ ਆ ਤਾਂ ਰਿੰਬੀ ਮਾਰਕਾ ਤੇ ਚੀਜ਼ ਰਿੰਗ ਮਾਰਕਾ ਉਹਦੇ ਤੇ ਕਾਰਟੂਨ ਜੇ ਬਣਾਏ ਹੋਏ ਨੇ ਇਹ ਜੇਕਰ ਤੁਸੀਂ ਘਰ ਲੈ ਕੇ ਆਏ ਹੋ 18/09/2025 ਤੱਕ ਦੀ ਇਹਦੀ ਐਕਸਪਾਇਰ ਡੇਟ ਆ ਇਹਨਾਂ ਨੂੰ ਅੱਜ ਹੀ ਵਾਪਸ ਕਰ ਦਿਓ ਫਿਲੀਪੀਨ ਤੋਂ ਬੜ ਕੇ ਆਇਆ ਹੈ ਇਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਪਾਈ ਗਈ ਹੈ ਜਿਸ ਦੇ ਨਾਲ ਖਾਣ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈ। ਜਿਸ ਟਾਈਮ ਅਸੀਂ ਖਾਣ ਦੀ ਗੱਲ ਕਰ ਰਹੇ ਹਾਂ ਜੀ ਕਿਉਂਕਿ ਬੱਚੇ ਜ਼ਿਆਦਾ ਚਿਪਸ ਵਗੈਰਾ ਖਾਂਦੇ ਆ। ਇੱਕ ਸਕੂਲ ਦੇ ਵਿੱਚ ਮੈਂਸਾ ਹੁਣ ਜੇਕਰ ਅਸੀਂ ਖਾਣ ਪੀਣ ਦੀ ਗੱਲ ਕਰ ਰਹੇ ਜੀ ਗੱਲ ਕਰਦੇ ਹਾਂ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਕੰਟੀਨ ਹੁੰਦੀ ਆ। ਕੰਟੀਨ ਦੇ ਵਿੱਚ ਬੱਚੇ ਜਦੋਂ ਖਾਂਦੇ ਆ ਮੈਂਸਾ ਦੇ ਵਿੱਚ ਖਾਂਦੇ ਆ ਪਿਸਤੋਆ ਦੇ ਸਕੂਲ ਦੇ ਵਿੱਚ ਬੱਚੇ ਜਦੋਂ ਮੈਂਸਾ ਚ ਖਾ ਰਹੇ ਸਨ ਤਾਂ ਇੱਕ ਪਲੇਟ ਦੇ ਵਿੱਚ ਗਰਾਰੀ ਮਿਲਦੀ ਆ ਸਕੂਲ ਦਾ ਨਾਮ ਹੈ ਜੀ ਸਕੋਲਾ ਦਲ ਇਨਫਾਂਸੀਆ ਦੀ ਪਿਸਟੋਇਆ ਤੇ ਜਿਹੜੀ ਕੰਪਨੀ ਐਵਰੋ ਰਿਸੋਰਤਸਿਓਨੇਸ ਦਾ ਨਾਮ ਆ ਸਪਲਾਈ ਕਰਦੀ ਆ ਕੰਟੀਨ ਦੇ ਵਿੱਚ ਖਾਣ ਦਾ ਸਮਾਨ ਉਹਨਾਂ ਦੇ ਸਿਰ ਹੁਣ ਕੇਸ ਹੋ ਜਾਣਾ ਜੀ ਕਿ ਇੰਨੀ ਲਾਪਰਵਾਹੀ ਕਿਦਾਂ ਵਰਤੀ ਉਸ ਤੋਂ ਇਲਾਵਾ 1000 ਯੂਰੋ ਦੀ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਗਿਆ ਗੱਲ ਕਰਦੇ ਹਾਂ ਜੀ ਉਸ ਤੋਂ ਅਗਲੇ ਅਪਡੇਟ ਦੀ ਪੇਚੈਂਸਾ ਦੁਆਰਾ ਜੀ ਅਗਲਾ ਅਪਡੇਟ ਇੱਕ 9 ਸਾਲ ਦੀ ਬੱਚੀ ਬਾਲਕਨੀ ਦੇ ਵਿੱਚੋਂ ਫੁੱਟਬਾਲ ਦੇ ਨਾਲ ਖੇਡਦੀ ਖੇਡਦੀ ਡਿੱਗ ਗਈ ਤੇ ਉਹ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਲ ਜਿਹੜਾ ਲੋਸਪੇਦਾਲੇ ਮਜੂਰੇ ਦੀ ਪਾਰਮਾ ਦੇ ਵਿੱਚ ਹਸਪਤਲ ਹਸਪਤਲ ਦੇ ਵਿੱਚ ਐਡਮਿਟ ਕੀਤਾ ਗਿਆ ਤੇ ਕੰਡੀਸ਼ਨ ਹੈ ਜਿਹੜੀ ਬਹੁਤ ਹੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜੇ ਸਾਨੂੰ ਹੁਣ ਤੱਕ ਦੀਆਂ ਕੋਈ ਖਾਸ ਖਬਰ ਮਿਲਦੇ ਜਾਂ ਅਗਲੇ ਅਪਡੇਟ ਦੇ ਵਿੱਚ ਹੁੰਦਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ